ਪਾਣੀ ਦੇ ਨਾਲ ਭਰਿਆ ਜਾ ਰਿਹਾ ਨੱਕੋ ਨੱਕ ਰਜਵਾਹਾ ਅਚਾਨਕ ਟੁੱਟ ਗਿਆ, ਜਿਸ ਕਾਰਨ ਪਾਣੀ ਦਾ ਵਹਾਅ ਖੇਤਾਂ ਵੱਲ ਹੋ ਗਿਆ, ਫਸਲਾਂ ਡੁੱਬ ਗਈਆਂ। ਲੋਕ ਆਪਣੇ ਪੱਧਰ ਤੇ ਇਸ ਰਜਵਾਹੇ ਦਾ ਬੰਨ ਪੂਰਨ ਤੇ ਲੱਗੇ ਹੋਏ ਨੇ। ਲਗਾਤਾਰ ਬਾਰਿਸ਼ ਪੈ ਰਹੀ ਹੈ, ਜਿਸ ਕਾਰਨ ਪਾਣੀ ਓਵਰਫਲੋ ਹੋ ਗਿਆ। ਸ੍ਰੀ ਮੁਕਤਸਰ ਰਜਵਾਹਾ ਅੱਜ ਮੀਂਹ ਦੌਰਾਨ ਟੁੱਟ ਗਿਆ, ਇਸ ਨਾਲ ਬਾਈਪਾਸ ਦੇ ਨਾਲ ਲੱਗਦੀ ਬਸਤੀ ਵੱਲ ਪਾਣੀ ਦਾ ਵਹਾਅ ਹੋ ਗਿਆ ਅਤੇ ਲੋਕਾਂ ਨੇ ਖੁਦ ਇਸ ਵਹਾਅ ਨੂੰ ਰੋਕਣ ਦੇ ਲਈ ਬੰਨ ਮਾਰਨਾ ਸ਼ੁਰੂ ਕੀਤਾ। ਕਈ ਘੰਟੇ ਲੋਕ ਇੱਥੇ ਮੁਸ਼ਕਤ ਕਰਦੇ ਰਹੇ, ਆਪਣੇ ਪੱਧਰ ਤੇ ਹੀ ਰਜਵਾਹੇ ਦਾ ਬੰਨ ਪੂਰਨ ਤੇ ਲੱਗੇ ਰਹੇ। ਪਾਣੀ ਦਾ ਫਲੋ ਓਵਰਫਲੋ ਅਤੇ ਤੇਜ਼ ਹੋ ਗਿਆ ਤਾਂ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਦੇ ਨਾਲ ਆਮ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋਇਆ। ਉੱਥੇ ਹੀ ਨੱਕੋ ਨੱਕ ਰਜਵਾਹਾ ਭਰ ਗਿਆ ਔਰ ਪਾਣੀ ਦਾ ਵਹਾਅ ਜਿਹੜਾ ਉਹ ਖੇਤਾਂ ਵੱਲ ਹੋ ਤੁਰਿਆ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਫਸਲਾਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ। ਇੱਥੋਂ ਦੇ ਜਿਹੜੇ ਲੋਕ ਨੇ ਉਹ ਆਪਣੇ ਹੀ ਪੱਧਰ ਤੇ ਰਜਵਾਹੇ ਨੂੰ ਬੰਨ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਾਣੀ ਦੇ ਨਾਲ ਭਰਿਆ ਜਾ ਰਿਹਾ ਨੱਕੋ ਨੱਕ ਰਜਵਾਹਾ ਅਚਾਨਕ ਟੁੱਟ ਗਿਆ, ਜਿਸ ਕਾਰਨ ਪਾਣੀ ਦਾ ਵਹਾਅ ਖੇਤਾਂ ਵੱਲ ਹੋ ਗਿਆ, ਫਸਲਾਂ ਡੁੱਬ ਗਈਆਂ। ਲੋਕ ਆਪਣੇ ਪੱਧਰ ਤੇ ਇਸ ਰਜਵਾਹੇ ਦਾ ਬੰਨ ਪੂਰਨ ਤੇ ਲੱਗੇ ਹੋਏ ਨੇ। ਲਗਾਤਾਰ ਬਾਰਿਸ਼ ਪੈ ਰਹੀ ਹੈ, ਜਿਸ ਕਾਰਨ ਪਾਣੀ ਓਵਰਫਲੋ ਹੋ ਗਿਆ। ਸ੍ਰੀ ਮੁਕਤਸਰ ਰਜਵਾਹਾ ਅੱਜ ਮੀਂਹ ਦੌਰਾਨ ਟੁੱਟ ਗਿਆ, ਇਸ ਨਾਲ ਬਾਈਪਾਸ ਦੇ ਨਾਲ ਲੱਗਦੀ ਬਸਤੀ ਵੱਲ ਪਾਣੀ ਦਾ ਵਹਾਅ ਹੋ ਗਿਆ ਅਤੇ ਲੋਕਾਂ ਨੇ ਖੁਦ ਇਸ ਵਹਾਅ ਨੂੰ ਰੋਕਣ ਦੇ ਲਈ ਬੰਨ ਮਾਰਨਾ ਸ਼ੁਰੂ ਕੀਤਾ। ਕਈ ਘੰਟੇ ਲੋਕ ਇੱਥੇ ਮੁਸ਼ਕਤ ਕਰਦੇ ਰਹੇ, ਆਪਣੇ ਪੱਧਰ ਤੇ ਹੀ ਰਜਵਾਹੇ ਦਾ ਬੰਨ ਪੂਰਨ ਤੇ ਲੱਗੇ ਰਹੇ। ਪਾਣੀ ਦਾ ਫਲੋ ਓਵਰਫਲੋ ਅਤੇ ਤੇਜ਼ ਹੋ ਗਿਆ ਤਾਂ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਦੇ ਨਾਲ ਆਮ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋਇਆ। ਉੱਥੇ ਹੀ ਨੱਕੋ ਨੱਕ ਰਜਵਾਹਾ ਭਰ ਗਿਆ ਔਰ ਪਾਣੀ ਦਾ ਵਹਾਅ ਜਿਹੜਾ ਉਹ ਖੇਤਾਂ ਵੱਲ ਹੋ ਤੁਰਿਆ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਫਸਲਾਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ। ਇੱਥੋਂ ਦੇ ਜਿਹੜੇ ਲੋਕ ਨੇ ਉਹ ਆਪਣੇ ਹੀ ਪੱਧਰ ਤੇ ਰਜਵਾਹੇ ਨੂੰ ਬੰਨ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ।